ਤੇ ਉਹਨਾਂ ਨੇ ਗੱਡੀ ਦੇ ਸਾਰੇ ਪਾਰਟ ਟੋਟਲੀ ਚੇਂਜ ਕਰਤੇ। ਗੱਡੀ ਦੇ ਨਵੀਂ ਗੱਡੀ ਵਾਲੀ ਤਾਂ ਗੱਲ ਨਹੀਂ ਕੋਈ, ਚਾਸੀ ਦੇ ਇੰਜਣ ਤੋਂ ਬਿਨਾਂ ਸਾਰੇ ਪਾਰਟ ਚੇਂਜ ਕਰਕੇ ਦੇਖ ਲਏ, ਪਰ ਗੱਡੀ ਦੀ ਪ੍ਰੋਬਲਮ ਸੋਲਵ ਨਹੀਂ ਹੁੰਦੀ। ਇਹਨਾਂ ਨੇ ਆਪਣੀ ਮਿਹਨਤ ਮੁਸ਼ਕਤ ਦੀ ਕਮਾਈ ਦੇ ਨਾਲ ਇੱਕ ਗੱਡੀ ਲਈ ਸੀ, ਸਕੋਰਪੀਓ ਐਨ, ਬੜੇ ਚਾਵਾਂ ਨਾਲ ਗੱਡੀ ਲਈ ਅਤੇ ਗੱਡੀ ਪਹਿਲੇ ਦਿਨ ਹੀ ਖੱਬੇ ਪਾਸੇ ਖਿੱਚਦੀ ਸੀ। ਉਹਨਾਂ ਦੇ ਕਹਿਣ 'ਤੇ ਅਸੀਂ ਗੱਡੀ ਖੜਾ ਦਈਏ, ਗੱਡੀ ਖੜਾਏ, ਗੱਡੀ ਖੜਾਉਣ ਤੋਂ ਬਾਅਦ ਉਹਨਾਂ ਨੇ ਸਾਰਾ ਚੈੱਕ ਕੀਤਾ ਅਤੇ ਉਹਨਾਂ ਦੇ ਫੋਲਟ ਸਮਝ ਲਿਆ। ਮੰਗ ਸਾਡੀ ਇਹੀ ਹੈ ਵੀ ਜਾਂ ਤਾਂ ਪੈਸਾ ਰਿਫੰਡ ਕਰ ਦਿਓ ਜਾਂ ਗੱਡੀ ਦੇ ਦਿਓ, ਬੰਦੇ ਨੂੰ ਚਾਹ ਹੁੰਦਾ ਨਵੀਂ ਗੱਡੀ ਲਈ ਦਾ, ਬਸ ਆਹੀ ਦੋ। ਹੋਰ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਇਹ ਗਲਤ ਗੱਡੀਆਂ ਵੇਚਦੇ, ਜਾਂ ਤਾਂ ਐਕਸੀਡੈਂਟ ਗੱਡੀਆਂ ਨੇ ਜਾਂ ਜਿਹੜੇ ਜਿਹਨਾਂ ਦੇ ਵਿੱਚ ਕੋਈ ਮੈਨੂਫੈਕਚਰਿੰਗ ਫੋਲਟ ਆ, ਉਹਨਾਂ ਦੇ ਥਰੂ ਇਹ ਗੱਡੀਆਂ ਵੇਚਦੇ ਆ। ਤੁਸੀਂ ਹੁਣ ਆਪਣੀ ਗਲਤੀ ਮੰਨਣ ਲਈ ਤਿਆਰ ਨਹੀਂ ਹੈਗੇ ਅਤੇ ਉਲਟਾ ਸਾਨੂੰ ਧਮਕੀਆਂ ਦੇ ਰਹੇ ਨੇ ਕਿ ਮੈਂ, ਮੇਰਾ 18 ਲੱਖ ਰੁਪਇਆ ਲੱਗਿਆ, ਮੈਂ ਕੁਛ ਸੁਸਾਈਡ ਕਰ ਲਾਂਗਾ, ਕੁਛ ਕਰ ਲਾਂ, ਇੱਦਾਂ ਦੀ ਕੁਛ ਵੀ ਜੇ ਕਰਦਾ ਹੈ ਤਾਂ ਉਹਦਾ ਜ਼ਿੰਮੇਵਾਰ ਏਜੰਸੀ ਦਾ ਮਾਲਕ ਹੋਊਗਾ। ਲੁਧਿਆਣਾ ਦੀ ਇੱਕ ਕਾਰ ਏਜੰਸੀ ਵੱਲੋਂ ਵੇਚੀ ਸਕਾਰਪੀਓ ਗੱਡੀ ਵਿੱਚ ਨੁਕਸ ਪੈਣ ਤੋਂ ਬਾਅਦ ਕਾਰ ਏਜੰਸੀ ਵੱਲੋਂ ਵਕੀਲ ਨਾਲ ਕੀਤੇ ਜਾ ਰਹੇ ਧੱਕੇ ਅਤੇ ਚੁੱਪ ਰਹਿਣ ਲਈ ਬਣਾਏ ਜਾ ਰਹੇ ਦਬਾਅ ਦੇ ਖਿਲਾਫ਼ ਵਕੀਲ ਭਾਈਚਾਰੇ ਨੇ ਪੁਲਿਸ ਕਮਿਸ਼ਨਰ ਦਫ਼ਤਰ ਪਹੁੰਚ ਕੇ ਸ਼ਿਕਾਇਤ ਦਿੱਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਕੀਲ ਮਨਪ੍ਰੀਤ ਸਿੰਘ ਅਤੇ ਉਹਨਾਂ ਦੇ ਸਾਥੀ ਪਲਵਿੰਦਰ ਸਿੰਘ ਗਰੇਵਾਲ ਨੇ ਆਰੋਪ ਲਗਾਇਆ ਕਿ ਪੀੜਤ ਮਨਪ੍ਰੀਤ ਸਿੰਘ ਵੱਲੋਂ ਪਿਛਲੇ ਮਹੀਨੇ ਕਾਰ ਏਜੰਸੀ ਪਾਸੋਂ ਇੱਕ ਸਕਾਰਪੀਓ ਗੱਡੀ ਲਈ ਗਈ ਸੀ, ਲੇਕਿਨ ਗੱਡੀ ਲੈਣ ਤੋਂ ਕੁਝ ਦਿਨ ਬਾਅਦ ਹੀ ਨੁਕਸ ਪੈਣਾ ਸ਼ੁਰੂ ਹੋ ਗਿਆ। ਇਸ ਵਿਚਾਲੇ ਉਹਨਾਂ ਵੱਲੋਂ ਏਜੰਸੀ ਨਾਲ ਸੰਪਰਕ ਕਰਕੇ ਉਹਨਾਂ ਨੂੰ ਕਈ ਵਾਰ ਇਸ ਬਾਰੇ ਦੱਸਿਆ ਗਿਆ, ਪਰ ਕੋਈ ਵੀ ਹੱਲ ਨਾ ਹੋਣ 'ਤੇ ਉਹਨਾਂ ਗੱਡੀ ਵਾਪਸ ਕਰਨ ਦੀ ਗੱਲ ਕਹੀ ਅਤੇ ਕੰਪਨੀ ਵਾਲਿਆਂ ਵੱਲੋਂ ਕੋਈ ਵੀ ਰਾਹ ਸਿਰਾ ਨਾ ਫੜਾਉਣ 'ਤੇ ਉਹਨਾਂ ਇਸ ਬਾਬਤ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਅਤੇ ਪੈਸੇ ਵਾਪਸ ਕਰਾਉਣ ਦੀ ਮੰਗ ਕੀਤੀ ਹੈ। ਉਹਨਾਂ ਇਸ ਮਸਲੇ 'ਚ ਹੋਰ ਕੀ ਕਿਹਾ, ਤੁਸੀਂ ਵੀ ਸੁਣੋ। ਮੈਂ ਪਤਵਿੰਦਰ ਸਿੰਘ ਗਰੇਵਾਲ, ਐਡਵੋਕੇਟ, ਜ਼ਿਲ੍ਹਾ ਕਚਹਿਰੀ ਲੁਧਿਆਣਾ। ਅੱਜ ਅਸੀਂ ਆਏ ਸੀ ਇੱਥੇ CP ਸਾਹਿਬ ਨੂੰ ਮਿਲਣ, ਅਤੇ ਹੁਣ ਅਸੀਂ JCP ਸਾਹਿਬ ਜਸਕਰਨਜੀਤ ਸਿੰਘ ਤੇਜਾ ਸਾਹਿਬ ਨੂੰ ਮਿਲ ਕੇ ਆਏ ਹਾਂ। ਸਾਡਾ ਵਕੀਲ ਭਰਾ ਮਨਪ੍ਰੀਤ ਸਿੰਘ ਔਜਲਾ, ਇਹਨਾਂ ਨੇ ਆਪਣੀ ਮਿਹਨਤ ਮੁਸ਼ਕਤ ਦੀ ਕਮਾਈ ਦੇ ਨਾਲ ਇੱਕ ਗੱਡੀ ਲਈ ਸੀ ਸਕੋਰਪੀਓ ਐਨ, ਬੜੇ ਚਾਵਾਂ ਨਾਲ ਗੱਡੀ ਲਈ ਅਤੇ ਗੱਡੀ ਪਹਿਲੇ ਦਿਨ ਹੀ ਖੱਬੇ ਪਾਸੇ ਖਿੱਚਦੀ ਸੀ। ਖਿੱਚਣ ਕਰਕੇ ਗੱਡੀ ਜਦੋਂ ਕੰਪਨੀ ਚੈੱਕ ਕਰਾਈ ਤਾਂ ਕੰਪਨੀ ਵਾਲਿਆਂ ਨੇ ਕਿਹਾ ਵੀ ਗੱਡੀ ਛੱਡ ਜਾਓ, ਅਸੀਂ ਚੈੱਕ ਕਰਦੇ ਹਾਂ ਵੀ ਕੋਈ ਥੱਲੇ ਕੋਈ ਫਾਲਟ ਲੱਗਦਾ ਜੀ। ਉਹਨਾਂ ਦੇ ਕਹਿਣ 'ਤੇ ਅਸੀਂ ਗੱਡੀ ਖੜਾਤੀ ਹੈ, ਗੱਡੀ ਖੜਾਏ, ਗੱਡੀ ਖੜਾਉਣ ਤੋਂ ਬਾਅਦ ਉਹਨਾਂ ਨੇ ਸਾਰਾ ਚੈੱਕ ਕੀਤਾ ਅਤੇ ਉਹਨਾਂ ਦੇ ਫਾਲਟ ਸਮਝ ਨਹੀਂ ਆਇਆ। ਹੱਦ ਉਦੋਂ ਹੋ ਗਈ ਵੀ ਜਦੋਂ ਨਵੀਂ ਗੱਡੀ 2 ਦਿਨ ਪਹਿਲਾਂ ਜਿਹੜੀ ਡਿਲੀਵਰ ਕੀਤੀ ਹੈ ਉਹਦਾ ਥੱਲੋਂ ਚਿਮਟਾ ਕਮਾਣੀ ਸਾਰਾ ਕੁਝ ਚੇਂਜ ਹੋ ਗਿਆ, ਉਹ ਮੈਨੂਫੈਕਚਰਿੰਗ ਡਿਫੈਕਟ ਸੀਗਾ। ਅਤੇ ਫਿਰ ਸਾਨੂੰ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਗੱਡੀ ਜਾਂ ਚੇਂਜ ਕਰਾਂਗੇ ਜਾਂ ਤੁਹਾਡੇ ਪੈਸੇ ਰਿਫੰਡ ਕਰਾਂਗੇ, ਬਟ ਉਹ ਕਿਸੇ ਕੰਕਲੂਜਨ 'ਤੇ ਨਹੀਂ ਆਇਆ। ਫਿਰ ਅੰਤ ਫਿਰ ਵਕੀਲਾਂ ਕੋਲ ਤਾਂ ਇੱਕੋ ਇਨਸਾਫ਼ ਦੀ ਪੁਕਾਰ ਰਹਿੰਦੀ ਆ ਵੀ ਅਸੀਂ ਹੁਣ ਤੇਜਾ ਸਾਹਿਬ ਨੂੰ ਮਿਲ ਕੇ ਆਏ ਹਾਂ, ਦਰਖਾਸਤ ਦਿੱਤੀ ਆ, ਸਾਨੂੰ ਉਹਨਾਂ ਨੇ ਅਸ਼ੋਰ ਕੀਤਾ ਵੀ ਤੁਹਾਡੇ ਨਾਲ ਧੱਕਾ ਨਹੀਂ ਹੁੰਦਾ ਅਤੇ ਬੁਲਾ ਕੇ ਮੈਟਰ ਨੂੰ ਰਿਜ਼ੋਲਵ ਕਰ ਦਾਂਗੇ। ਮੰਗ ਸਾਡੀ ਇਹੀ ਆ ਵੀ ਜਾਂ ਤਾਂ ਪੈਸਾ ਰਿਫੰਡ ਕਰ ਦਿਓ ਜਾਂ ਗੱਡੀ ਦੇ ਦਿਓ, ਬੰਦੇ ਨੂੰ ਚਾਹ ਹੁੰਦਾ ਨਵੀਂ ਗੱਡੀ ਲਈ ਦਾ, ਬਸ ਆਹੀ ਦੋ ਮੰਗ। ਨੋਵਲਟੀ ਏਜੰਸੀ ਆ ਜੀ ਇੱਥੇ ਆਪਣੇ ਲੁਧਿਆਣੇ ਵਿੱਚ, ਜਿਹਨਾਂ ਕੋਲ ਸਕੋਰਪੀਓ ਦੀ ਏਜੰਸੀ ਆ, ਸਕੋਰਪੀਓ ਗੱਡੀ ਸੀ ਜੋ ਸਾਨੂੰ ਹੋਰ ਉੱਥੇ ਜਾਣ ਤੋਂ ਬਾਅਦ ਕਈ ਵਾਰ, ਕਿਉਂਕਿ ਸਾਡੀ ਵਿਜ਼ਿਟ ਹੋਈ ਆ ਉੱਥੇ, ਪਤਾ ਇਹ ਲੱਗਿਆ ਵੀ ਜਿਹੜੇ ਨੋਵਲਟੀ ਵਾਲੇ ਨੇ ਇਹਨਾਂ ਨੇ ਇਕੱਲੀ ਸਾਨੂੰ ਨਹੀਂ ਗਲਤ ਗੱਡੀ ਵੇਚੀ, ਇਹ ਹੋਰ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਇਹ ਗਲਤ ਗੱਡੀਆਂ ਵੇਚਦੇ ਜਿਹੜੀਆਂ ਜਾਂ ਤਾਂ ਐਕਸੀਡੈਂਟ ਗੱਡੀਆਂ ਨੇ ਜਾਂ ਜਿਹੜੀਆਂ ਜਿਨ੍ਹਾਂ ਦੇ ਵਿੱਚ ਕੋਈ ਮੈਨੂਫੈਕਚਰਿੰਗ ਫਾਲਟ ਹੁੰਦਾ, ਉਹਨਾਂ ਦੇ ਥਰੂ ਇਹ ਗੱਡੀਆਂ ਵੇਚਦੇ ਆ। ਨੋਰਮਲ ਤੁਸੀਂ ਪੰਜਾਬ ਦੇ ਵਿੱਚ ਕਿਤੇ ਵੀ ਗੱਡੀ ਲੈਣੀ ਹੋਵੇ ਤਾਂ ਆਲਮੋਸਟ 1 ਸਾਲ ਦੀ ਹੈਗੀ ਆ ਜਿਹੜੀ ਵੇਟਿੰਗ, ਇਹ ਨੋਵਲਟੀ ਵਾਲੇ ਤੁਹਾਨੂੰ ਗਰੰਟੀ ਦੇ ਦਿੰਦੇ ਆ ਵੀ ਇਸ ਨੂੰ 2 ਮਹੀਨੇ 'ਚ ਗੱਡੀ ਦੇ ਦਾਂਗੇ, ਪਰ ਉਹਦੇ ਵਿੱਚ ਜਿਹੜੀਆਂ ਸਾਰੀਆਂ ਜਿਹੜੀਆਂ ਫਾਲਟਡ ਗੱਡੀਆਂ ਨੇ ਉਹ ਇਹ ਦਿੰਦੇ ਆ। ਸੋ ਸਾਨੂੰ ਵੀ ਜਿਹੜੀ ਗੱਡੀ ਦਿੱਤੀ ਹੈ ਟੋਟਲ ਫਾਲਟੀ ਗੱਡੀ ਹੈ ਜਾਂ ਤਾਂ ਐਕਸੀਡੈਂਟ ਹੈ ਜਾਂ ਇਹਦਾ ਕੋਈ ਮੈਨੂਫੈਕਚਰਿੰਗ ਫਾਲਟ ਹੈ। ਕੀ ਲੱਗਦਾ ਉਹ ਜਾਣ ਕੇ ਖੱਜਲ ਕਰ ਰਹੇ ਨੇ? ਇਹ ਜਾਣਬੁੱਝ ਕੇ, ਹਾਂਜੀ, ਜਾਣ ਕੇ ਲੋਕਾਂ ਨੂੰ ਖਰਾਬ ਕਰਦੇ ਆ ਜੀ। ਨਾਲੇ ਤਾਂ ਆਪਣੀ ਲਿਖੀ ਹੋਈ ਇਹਨਾਂ ਦੀ, ਸਾਡੇ ਕੋਲ ਰਿਟਨ ਹੈ ਇਹਨਾਂ ਦੀ ਜਿਹਦੇ ਵਿੱਚ ਇਹਨਾਂ ਨੇ ਰਿਟਨ ਦੇ ਵਿੱਚ ਲਿਖਿਆ ਕਿ ਇਹ ਗੱਡੀ 'ਚ ਮੈਨੂਫੈਕਚਰਿੰਗ ਫਾਲਟ ਹੈ।
ਉਹਦੇ ਬਾਵਜੂਦ ਲਿਖ ਕੇ ਦੇਣ ਤੋਂ ਬਾਅਦ ਵੀ ਹੁਣ ਇਹ ਆਪਣੀ ਗਲਤੀ ਮੰਨਣ ਲਈ ਤਿਆਰ ਨਹੀਂ ਹੈਗੇ ਅਤੇ ਉਲਟਾ ਸਾਨੂੰ ਧਮਕੀਆਂ ਦੇ ਰਹੇ ਨੇ ਕਿ ਜੀ ਤੁਸੀਂ ਸਾਡੇ ਰੈਪੂਟੇਸ਼ਨ ਖਰਾਬ ਕਰ ਰਹੇ ਹਾਂ। ਅਸੀਂ ਰੈਪੂਟੇਸ਼ਨ ਨਹੀਂ ਉਹਨਾਂ ਦੀ ਖਰਾਬ ਕਰ ਰਹੇ, ਅਸੀਂ ਤਾਂ ਉਹਨਾਂ ਨੂੰ ਕਹਿ ਰਹੇ ਹਾਂ ਵੀ ਤੁਸੀਂ ਜਾਂ ਤਾਂ ਜਿਹੜੀ ਸਰਵਿਸ ਆ ਤੁਹਾਡੀ ਵਧੀਆ ਦਿਓ। ਦੇਖੋ ਬੰਦੇ ਨੇ 18-20 ਲੱਖ ਰੁਪਇਆ ਖਰਚ ਕੇ ਇੰਨੀ ਮਹਿੰਗੀ ਗੱਡੀ ਬੜੀ ਮੁਸ਼ਕਿਲ ਨਾਲ ਗੱਡੀ ਲਈ ਹੈ ਅਤੇ ਇਹਨਾਂ ਨੇ ਇਹ ਠੱਗੀ ਕੀਤੀ ਹੈ ਜੀ। ਤਾਂ ਫਿਰ ਪਹਿਲਾਂ ਤਾਂ ਅਸੀਂ ਕਾਨੂੰਨੀ ਕਾਰਵਾਈ ਦੇਖੋ ਕਰਾਂਗੇ, ਅਸੀਂ ਕਾਨੂੰਨ ਨੂੰ ਮੰਨਣ ਵਾਲੇ ਵਿਅਕਤੀ ਹਾਂ, ਜਿਹੜੀ ਸਾਡੀ ਕਾਨੂੰਨੀ ਕਾਰਵਾਈ, ਅਸੀਂ ਆਪਣੀ ਕਾਨੂੰਨੀ ਕਾਰਵਾਈ ਕਰਾਂਗੇ। ਇਹ ਵੀ ਕਾਨੂੰਨੀ ਕਾਰਵਾਈ ਦਾ ਇੱਕ ਪਾਰਟ ਹੈ ਜਿਹੜਾ ਅਸੀਂ ਤੇਜਾ ਸਾਹਿਬ ਨੂੰ ਮਿਲ ਗਿਆ। ਨਹੀਂ ਜੀ, ਅਸੀਂ ਉੱਥੇ ਕੋਈ ਹੁਲੜਬਾਜ਼ੀ ਨਹੀਂ ਕੀਤੀ, ਉੱਥੇ ਕੰਪਲੇਂਟ ਦੂਸਰੀ ਪਾਰਟੀ ਜਿਹੜੇ ਨੋਵਲਟੀ ਵਾਲੇ ਉਹਨਾਂ ਨੇ ਸਿਰਫ ਸਾਨੂੰ ਪ੍ਰੈਸ਼ਰਾਈਜ਼ ਕਰਨ ਦੇ ਲਈ ਦਿੱਤੀ ਆ। ਉਹ ਸਾਨੂੰ ਇਹ ਕਹਿੰਦੇ ਆ ਕਿ ਤੁਸੀਂ ਸੋਸ਼ਲ ਮੀਡੀਆ 'ਤੇ ਜਾਂ ਜਿਸ ਤਰ੍ਹਾਂ ਤੁਹਾਡੇ ਕੋਲ ਅਸੀਂ ਮੀਡੀਆ ਦੇ ਵਿੱਚ ਤੁਸੀਂ ਨਹੀਂ ਕਹਿਣਾ, ਉਹ ਸਾਨੂੰ ਇਸ ਗੱਲ 'ਤੇ ਪ੍ਰੈਸ਼ਰਾਈਜ਼ ਕਰ ਰਹੇ ਕਿ ਤੁਸੀਂ ਮੀਡੀਆ ਨੂੰ ਇਹ ਗੱਲ ਨਾ ਦੱਸੋ, ਜਦੋਂ ਕਿ ਅਸੀਂ ਮੀਡੀਆ ਤੋਂ ਨਹੀਂ ਲੁਕੋ ਰਹੇ, ਇਸ ਤਾਂ ਜਿਹੜੀ ਸੱਚੀ ਗੱਲ ਉਹ ਦੱਸ ਰਹੇ ਹਾਂ ਤਾਂ ਕਿ ਜਿਹੜੇ ਹੋਰ ਲੋਕ ਨੇ, ਜਿਹੜੇ ਆਮ ਲੋਕ ਨੇ, ਬਾਕੀ ਲੋਕ ਨੇ, ਉਹਨਾਂ ਉਹ ਵੀ ਇਹ ਨੋਵਲਟੀ ਵਾਲਿਆਂ ਦੀ ਠੱਗੀ ਤੋਂ ਬਚ ਸਕੇ। ਅਗਰ ਨਹੀਂ ਫੈਸਲਾ ਤੁਹਾਡੇ ਹੱਕ ਜਾਂਦਾ, ਇਸ ਤੋਂ ਅਗਲਾ ਕਦਮ ਤੁਹਾਡਾ? ਫਿਰ ਅਸੀਂ ਆਪਣੀ ਕਾਨੂੰਨੀ ਕਾਰਵਾਈ ਕਰਾਂਗੇ ਜੀ, ਸਾਨੂੰ ਕਾਨੂੰਨ ਦੇ ਵਿੱਚ ਪ੍ਰੋਵਾਈਡ ਹੈ, ਫਿਰ ਅਸੀਂ ਜਿਹੜੀ ਕਾਨੂੰਨੀ ਕਾਰਵਾਈ ਉਹ ਕਰਾਂਗੇ। ਸ਼ੁਭ ਨਾਮ ਜੀ। ਸਰ, ਮੇਰਾ ਨਾਮ ਮਨਪ੍ਰੀਤ ਸਿੰਘ ਹੈ, ਹਲੇ ਕੈਮਰੇ ਵੱਲ ਦੇਖ ਗੱਡੀ ਦੇ ਉਹਨਾਂ ਤੋਂ ਅਸੀਂ। ਹਾਂਜੀ, ਮੇਰੀ ਗੱਡੀ ਸੀ, ਮੈਂ ਲਈ ਸੀ ਸਕੋਰਪੀਓ ਨੇ ਗੱਡੀ 20 ਤਰੀਕ ਨੂੰ ਗੱਡੀ ਲਈ ਸੀਗੀ ਅਤੇ ਨੈਕਸਟ ਡੇ 'ਚ ਮੈਨੂੰ ਪਤਾ ਲੱਗਿਆ ਕਿ ਮੈਨੂਫੈਕਚਰਿੰਗ ਫੋਲਟ ਗੱਡੀ ਖੱਬੇ ਨੂੰ ਖਿੱਚ ਰਹੀ ਆ। ਉਸ ਤੋਂ ਬਾਅਦ ਨੈਕਸਟ ਡੇ ਦੀ ਗੱਡੀ ਉੱਥੇ ਖੜੀ ਆ ਅਤੇ ਉਹਨਾਂ ਨੇ ਗੱਡੀ ਦੇ ਸਾਰੇ ਪਾਰਟ ਟੋਟਲੀ ਚੇਂਜ ਕਰਤੇ, ਗੱਡੀ ਦੇ ਨਵੀਂ ਗੱਡੀ ਵਾਲੀ ਤਾਂ ਗੱਲ ਨਹੀਂ ਰਹੀ ਕੋਈ, ਚਾਸੀ ਦੇ ਇੰਜਣ ਤੋਂ ਬਿਨਾਂ ਸਾਰੇ ਪਾਰਟ ਚੇਂਜ ਕਰਕੇ ਦੇਖ ਲਏ ਪਰ ਗੱਡੀ ਦੀ ਪ੍ਰੋਬਲਮ ਸੋਲਵ ਨਹੀਂ ਹੋਈ ਉਹਨਾਂ ਤੋਂ। ਕਿੰਨੀ ਦੇਰ ਹੋ ਗਈ? ਸਰ 15-20 ਦਿਨ ਹੋ ਗਏ ਗੱਡੀ ਏਜੰਸੀ ਖੜੀ, ਉਹ ਕੁਛ ਰਿਸਪੋਂਸ ਹੀ ਨਹੀਂ, ਉਹਨਾਂ ਦਾ ਕੁਛ ਨਹੀਂ ਦੱਸ ਰਹੇ ਸਾਨੂੰ। ਸਾਨੂੰ ਕਹਿ ਰਹੇ ਅਸੀਂ ਉੱਤੇ ਕੰਪਨੀ ਨਾਲ ਗੱਲ ਕਰਾਂਗੇ, ਬਸ ਲਾਰੇ ਲੱਪੇ ਲਾਈ ਜਾਂਦੇ ਹੋ। ਜਿੱਦਣ ਸਰ ਗੱਡੀ ਲਈ ਹੈ ਉਦਣ ਹੀ ਪ੍ਰੋਬਲਮ ਆਈ ਹੈ ਜਾਂ ਉਸ ਤੋਂ ਬਾਅਦ ਆਈ? ਉਸੇ ਦਿਨ ਪ੍ਰੋਬਲਮ ਆਈ ਸੀ, ਸ਼ਾਮ ਨੂੰ ਲਈ ਸੀ ਮੈਂ, ਅਗਲੇ ਨੈਕਸਟ ਡੇ ਗੱਡੀ ਉੱਥੇ ਖੜੀ ਕਰਤੀ ਸੀ। ਸਾਡੀ ਓਨਰ ਨਾਲ ਗੱਲ ਹੋਈ ਹੈ, ਉਹਨਾਂ ਨੇ ਕੀ ਕਿਹਾ? ਉਹ ਕਹਿ ਰਹੇ ਵੀ ਤੁਸੀਂ ਮੀਡੀਆ ਸਾਹਮਣੇ ਕੋਈ ਸਾਡਾ ਡੀਫੇਮ ਨਾ ਕਰੋ ਜਾਂ ਸਾਡੀ, ਅਸੀਂ ਤਾਂ ਜੋ ਆ ਸੱਚ ਉਹ ਦੱਸਣਾ ਵਾ, ਪ੍ਰੈਸ਼ਰਾਈਜ਼ ਕਰ ਰਹੇ ਆ ਵੀ ਹਾਂ ਪਹਿਲਾਂ ਤਾਂ ਸਾਨੂੰ ਕੱਲ੍ਹ ਬੁਲਾ ਲਿਆ, ਉੱਥੇ ਵੀ ਤੁਹਾਡਾ ਰੀਫੰਡ ਕਰ ਦਾਂਗੇ ਅਸੀਂ, ਪਰ ਉੱਥੇ ਜਾ ਕੇ ਪ੍ਰੈਸ਼ਰਾਈਜ਼ ਕਰਨ ਲੱਗੇ, ਤੁਹਾਡੇ 'ਤੇ ਕਾਰਵਾਈ ਕਰਾਂਗੇ ਜੇ ਤੁਸੀਂ ਸਾਡਾ ਡੀਫੇਮ ਕਰੋਗੇ, ਇੱਦਾਂ ਦੀਆਂ ਗੱਲਾਂ ਕਰਨ ਲੱਗੇ, ਮਤਲਬ ਰਿਸਪੋਂਸ ਕੋਈ ਨਹੀਂ ਉਹਨਾਂ ਦਾ ਗੱਡੀ ਰਿਫੰਡ ਕਰਨ ਨੂੰ ਲੈ ਕੇ ਜਾਂ ਗੱਡੀ ਰਿਪਲੇਸ ਕਰਨ ਨੂੰ। ਕਿੰਨੇ ਦਿਨ ਹੋ ਗਏ ਅੱਜ? ਸਰ 20-25 ਦਿਨ ਹੋ ਗਏ। 20-25 ਦਿਨ ਹੁਣ ਸਰ ਕੰਪਲੇਂਟ ਦਿੱਤੀ ਕੋਈ ਹੱਲ ਆਇਆ? ਹਾਂਜੀ, ਸੀਪੀ ਦਫ਼ਤਰ ਆਏ ਸੀ ਅਸੀਂ, ਮਾਨਯੋਗ ਤੇਜਾ ਸਾਹਿਬ ਨੇ ਆਪਣੇ DCP, ਉਹਨਾਂ ਨੂੰ ਕੰਪਲੇਂਟ ਦਿੱਤੀ ਆ ਅਤੇ ਉਹਨਾਂ ਨੇ ਸਾਨੂੰ ਅਨੁਸ਼ਾਸਨ ਦਵਾਇਆ ਵੀ ਅਸੀਂ ਤੁਹਾਨੂੰ ਤੁਹਾਡਾ ਹੱਲ ਕਰਕੇ ਦੇਵਾਂਗੇ। ਹਾਂਜੀ ਸਰ, ਕੈਸ਼ ਦੀ ਲੋਨ ਵੀ ਸੀਗਾ। ਠੀਕ ਹੈ ਸਰ, ਕਿਸ਼ਤਾਂ ਵਗੈਰਾ ਜਾ ਰਹੀਆਂ ਜਿਵੇਂ? ਬਿਲਕੁਲ ਸਰ, ਬਿਲਕੁਲ ਸਰ, ਕਿਸ਼ਤ ਮੇਰੀ ਫਸਟ ਕੇਸ ਦਾ। ਤੁਹਾਨੂੰ ਪਰੇਸ਼ਾਨੀ ਨਹੀਂ ਆ ਰਹੀ ਕਿ ਗੱਡੀ ਤੁਹਾਡੇ ਕੋਲ ਹੈ ਨਹੀਂ ਤੇ ਕਿਸ਼ਤਾਂ ਵੀ ਦੇਈ ਆ ਰਹੇ? ਮੈਂ ਉਸੇ ਦਿਨ ਤੋਂ ਸਰ ਖੱਜਲ ਖੁਆਰ ਹੋ ਰਿਹਾ, ਉਹਦੀ ਕਾਰਵਾਈ ਲਈ ਅੱਜ ਅਸੀਂ ਆਏ ਸੀ ਤੇ ਸਾਹਿਬ ਕੋਲ। ਮੇਰੇ ਮਾਮਾ ਜੀ ਦਾ ਬੇਟਾ ਆ, ਇਹ ਮਤਲਬ ਕਾਫੀ ਦਿਨ ਤੋਂ ਮੈਂਟਲੀ ਪ੍ਰੈਸ਼ਰ ਦੇ ਵਿੱਚ ਆ, ਜਿਹੜਾ ਵੀ ਮੈਟਰ ਚੱਲ ਰਿਹਾ ਜੀ, ਜੇ ਇਹਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਬਲਮ ਹੁੰਦੀ ਹੈ, ਬਹੁਤ ਜ਼ਿਆਦਾ ਪ੍ਰੈਸ਼ਰ ਜਾ, ਕਿਉਂਕਿ ਫੈਮਲੀ ਨੂੰ ਪਤਾ ਹੁੰਦਾ, ਇਹਦੇ ਫਾਦਰ ਨੂੰ ਪਤਾ ਆ, ਸਾਨੂੰ ਪਤਾ ਆ ਕਿ ਜੇ ਇਹਨੂੰ ਕੋਈ ਵੀ ਪ੍ਰੋਬਲਮ ਹੁੰਦੀ ਆ ਤਾਂ ਉਹਦੇ ਜ਼ਿੰਮੇਵਾਰ ਨੋਵਲਟੀ ਵਾਲੇ ਹੋਣਗੇ। ਇਹ ਤੁਸੀਂ ਪਲੀਜ਼ ਇਹ ਚੀਜ਼ ਚਲਾਇਓ ਕਿ ਇਹਦੇ ਜੇ ਇਹਨੂੰ, ਹਾਂ ਜੇ ਨਾ ਹੱਲ ਹੋਇਆ ਤਾਂ ਅਸੀਂ ਇਹ ਸਟ੍ਰਾਈਕ ਕਰਨਗੇ ਅਤੇ ਅਸੀਂ ਇਹ ਕਾਨੂੰਨੀ ਕਾਰਵਾਈ ਅਗਲੀ ਕਰਾਂਗੇ। ਅਤੇ ਮਤਲਬ ਉਹ ਪ੍ਰੈਸ਼ਰਾਈਜ਼ ਇਹਨਾਂ ਨੂੰ ਕਰ ਰਿਹਾ ਕਿ ਤੁਸੀਂ ਮੀਡੀਆ ਦੇ ਵਿੱਚ ਬਾਈਟ ਨਾ ਦਿਓ ਜਾਂ ਤੁਸੀਂ ਵੀਡੀਓ ਡਿਲੀਟ ਕਰ ਦਿਓ, ਇਹਦੀਆਂ ਵੀਡੀਓਜ਼ ਮਤਲਬ ਕਿ ਤੁਸੀਂ ਡਿਲੀਟ ਕਰ ਦਿਓ ਜਿਹੜੀਆਂ ਪਹਿਲਾਂ ਪਾਈਆਂ ਨੇ। ਜੇ ਕੁਛ ਕੋਈ ਗਲਤ ਸਟੈਪ ਚੱਕਦਾ ਹੈ ਜਾਂ ਕੋਈ ਗਲਤ ਕੁਛ ਇੱਦਾਂ ਦਾ, ਬੰਦੇ ਦੇ ਦਿਮਾਗ 'ਚ 100 ਚੀਜ਼ਾਂ ਆਉਂਦੀਆਂ ਨੇ ਕਿ ਮੈਂ, ਮੇਰਾ 18 ਲੱਖ ਰੁਪਇਆ ਲੱਗਿਆ, ਮੈਂ ਕੁਛ ਸੁਸਾਈਡ ਕਰ ਲਾਂ ਜਾਂ ਕੁਛ ਕਰ ਲਾਂ, ਇੱਦਾਂ ਦੀ ਕੁਛ ਵੀ ਜੇ ਕਰਦਾ ਹੈ ਤਾਂ ਉਹਦਾ ਜ਼ਿੰਮੇਵਾਰ ਏਜੰਸੀ ਦਾ ਮਾਲਕ ਹੋਊਗਾ ਅਤੇ ਨੋਵਲਟੀ ਵਾਲੇ ਹੋਣਗੇ। ਮਾਲਕ ਕਹਿੰਦੇ ਕਿਉਂ ਗੱਲ ਕਿਉਂ ਨਹੀਂ ਕਰ ਰਹੇ ਜਾਂ ਗੱਡੀ ਵਗੈਰਾ ਕਿਉਂ ਨਹੀਂ ਕਰ? ਹਾਂਜੀ, ਪੁਲਿਸ ਦਾ ਪ੍ਰੈਸ਼ਰ ਵੀ ਪੈ ਰਿਹਾ ਤੁਹਾਡੇ ਤੇ? ਆਬਵੀਅਸ ਕੱਲ ਹੀ ਗਏ ਸੀਗੇ ਥਾਣੇ ਦੇ ਵਿੱਚ, ਇਹਨਾਂ ਨੂੰ ਕਿਹਾ ਗਿਆ ਉੱਥੇ ਅਮਿਤ ਕਾਲੀਆ ਜੀ ਜਿਹੜੇ ਮੈਨੇਜਰ ਨੇ ਉਹ ਆਏ ਸੀਗੇ, ਇਹਨਾਂ ਨੂੰ ਕਿਹਾ ਗਿਆ ਤੁਸੀਂ ਆਪਣੀ ਗੱਡੀ ਸੈਕਿੰਡ ਹੈਂਡ ਦੇ ਰੇਟ ਸਾਨੂੰ ਘਟਾ ਦਿਓ ਜੀ, ਅਤੇ ਤੁਸੀਂ ਕਰਨੀ ਹੋਈ ਆ ਵਾਪਸ ਸਾਨੂੰ, ਮਤਲਬ ਕਿ ਸ਼ਰੇਆਮ ਧੱਕਾ ਕਰ ਰਿਹਾ ਜੀ। ਸਰ, ਜੇ ਨਾ ਹੱਲ ਹੋਇਆ ਅਗਲਾ ਸੰਘਰਸ਼ ਕੀ ਜੇ ਫਿਰ ਨਾਲ ਜਿਵੇਂ ਇਹ ਕਾਨੂੰਨੀ ਕਾਰਵਾਈ ਕਰਨਗੇ ਆਪਦੇ ਉਹ?
ਉਦਾਂ ਹੀ ਅਸੀਂ ਕੈਰੀ ਕਰਾਂਗੇ ਜੀ। ਠੀਕ ਹੈ, ਲੋਕਾਂ ਨੂੰ ਬਾਕੀ ਲੋਕਾਂ ਹਾਂਜੀ, ਜੇ ਨਹੀਂ ਕੋਈ ਹੱਲ ਹੁੰਦਾ ਤਾਂ ਅਸੀਂ ਇਹ ਗੁਰਸਿੱਖ ਫੈਮਿਲੀ ਤੋਂ ਬਿਲੋਂਗ ਕਰਦਾ ਆ ਜੀ, ਅਤੇ ਅਸੀਂ ਉਹਨਾਂ ਨਾਲ ਅਪਰੋਚ ਵੀ ਕਰਾਂਗੇ ਅਤੇ ਅਗਲਾ ਜੋ ਵੀ ਹੋਊਗਾ ਆਪਾਂ ਕਿਸਾਨ ਯੂਨੀਅਨ ਨਾਲ ਉਹਨਾਂ ਨਾਲ ਆਪਾਂ ਕਰਕੇ ਫਿਰ ਲੋਕਾਂ ਨੂੰ ਕੀ ਮੈਸੇਜ ਦਿਓਗੇ ਜਿਹੜੇ? ਅਸੀਂ ਇਹੀ ਮੈਸੇਜ ਦੇਵਾਂਗੇ ਕਿ ਇਹ ਨੋਵਲਟੀ ਵਾਲੇ ਬਹੁਤ ਜ਼ਿਆਦਾ ਫਰੋਡ ਨੇ, ਇਹ ਪੁਰਾਣੀਆਂ ਗੱਡੀਆਂ ਲੋਕਾਂ ਨੂੰ ਵੇਚ ਰਹੇ ਆ, ਅਤੇ ਜਿਨ੍ਹਾਂ ਨੇ ਵੀ ਇਹਨਾਂ ਤੋਂ ਕੋਈ ਕਾਰ ਲੈਣੀ ਆ ਜਾਂ ਕੁਛ ਕਰਨਾ ਆ ਤਾਂ ਉਹ ਆਪਣਾ ਦੇਖ ਕੇ ਜਾਂ ਆਪਣੇ ਨਾਲ ਮਕੈਨਿਕ ਨਾਲ ਲੈ ਕੇ ਜਾਣ, ਚੈੱਕ ਕਰਕੇ ਇਹਨਾਂ ਤੋਂ ਲੈਣ। ਸ਼ਹਿਰ ਦੇ ਵਿੱਚ ਹੋਰ ਬਹੁਤ ਏਜੰਸੀਆਂ ਨੇ, ਦਾਦਾ ਮੋਟਰ ਨੇ, ਹੋਰ ਨੇ, ਤੁਸੀਂ ਉੱਥੋਂ ਲੈ ਲਓ, ਬਟ ਇਹਨਾਂ ਕੋਲ ਨਾ ਜਾਇਓ, ਇਹਨਾਂ ਕੋਲ ਫਸਿਓ ਨਾ, ਇਹਨਾਂ ਨੇ ਤੁਹਾਡੀ ਕੋਈ ਸੁਣਵਾਈ ਨਹੀਂ ਕਰਨੀ। ਆਹ 20 ਦਿਨ ਹੋ ਗਏ, ਦੇਖੋ ਇਹ ਵਕੀਲ ਆ, ਫਿਰ ਵੀ ਇਹਦੀ ਕੋਈ ਸੁਣਵਾਈ ਨਹੀਂ ਹੋ ਰਹੀ, ਅਤੇ ਆਮ ਬੰਦੇ ਦੇਖੋ ਕੀ ਸੁਣਵਾਈ ਹੋਊਗੀ ਤੁਸੀਂ।